ਜਿਹਦੀ ਵਿਅਕਤੀ ਡੈਥ ਹੋਈ ਤੁਹਾਡਾ ਕੀ ਲੱਗਦਾ ਜੀ ਉਹਦਾ ਕੀ ਨਾਮ ਸੀ ਆ ਕੀ ਕਾਰਨ ਵੀ ਸੀ ਸੁਸਾਈਡ ਕਰਨ ਦਾ ਮੇਰਾ ਮਨਦੀਪ ਬਖਸ਼ੀ ਆ ਜਿਹਦੇ ਡੈਥ ਹੋਈ ਮੇਰਾ ਵੱਡਾ ਭਰਾ ਸੀ ਧਰਮਵੀਰ ਸਾਈਡ ਦੇ ਵਿੱਚ ਉਹਨੇ ਵੀਡੀਓ ਸਭ ਸਾਫ ਲਿਖਿਆ ਵਾ ਬੋਲਿਆ ਵੀਡੀਓ ਦੇ ਵਿੱਚ ਬੋਲ ਬੋਲ ਕੇ ਗਿਆ ਉਹਨੇ ਵੀ ਮੈਂ ਸੁਸਾਈਡ ਆਹ ਬੰਦੇ ਦੇ ਕਰਕੇ ਕਰ ਰਿਹਾ ਲੇਕਿਨ ਆਹ ਜਿਹੜੇ ਬਿਆਨ ਲਏ ਗਏ ਇਹਨਾਂ ਨੇ ਇਹ ਸਾਨੂੰ ਨਹੀਂ ਪਤਾ ਮੈਂ ਬਿਮਾਰ ਹੋ ਗਿਆ ਮੈਂ ਬੇਹੋਸ਼ ਹੋ ਗਿਆ ਮੇਰਾ ਭਤੀਜਾ ਜਿਹੜਾ ਸੀਗਾ ਉਹਦੇ ਬਿਆਨ ਲਏ ਗਏ ਭਤੀਜੇ ਦੇ ਅਤੇ ਉਹ ਵੀ ਬੇਸੁਰਤ ਸੀਗਾ ਅਤੇ ਬੰਦ ਕਮਰੇ ਲਿਆ ਕੇ ਉਹਦੇ ਬਿਆਨ ਲਏ ਗਏ ਸਾਨੂੰ ਇਹ ਚੀਜ਼ ਬਾਰੇ ਨਹੀਂ ਪਤਾ ਅਤੇ ਅਸੀਂ ਮੰਗ ਇਹੀ ਕਰਦੇ ਹਾਂ ਵੀ ਜਿਹੜੇ ਆ ਜਿਹੜੇ ਮੇਰੇ ਭਰਾ ਨੇ ਵੀਡੀਓ 'ਚ ਨਾਂ ਲਏ ਆ ਉਹ ਸਾਡੇ ਦੇ ਕਾਰਵਾਈ ਹੋਣੀ ਚਾਹੀਦੀ ਪੁਲਿਸ ਪ੍ਰਸ਼ਾਸਨ ਵੱਲੋਂ ਇੱਕ FIR ਦਰਜ ਕਰ ਦਿੱਤੀ ਗਈ FIR ਨੰਬਰ 80 ਉਹਦੇ ਤਿੰਨ ਬੰਦੇ ਦਾ ਨਾਮ ਦੱਸਿਆ ਗਿਆ ਕਿ ਇੱਕ ਰਾਮੋਨ ਸੰਜੀਵ ਕੁਮਾਰ ਗੌਰਵ ਮੋਹਨ ਅਤੇ ਪੰਜ ਬੰਦਿਆਂ 'ਚੋਂ ਤਿੰਨ ਬੰਦੇ ਦਾ ਨਾਮ ਕਿਉਂ ਪਾਇਆ ਗਿਆ ਦੋ ਬੰਦੇ ਕੌਣ ਛੱਡ ਦਿੱਤੇ ਗਏ ਦੇਖੋ ਜੀ ਇੱਕ ਤਾਂ ਇਹਨਾਂ ਜਦੋਂ ਬਿਆਨ ਲਏ ਸਾਨੂੰ ਪਤਾ ਨਹੀਂ ਕਦੋਂ ਇਹਨਾਂ ਨੇ ਬਿਆਨ ਲਏ ਠੀਕ ਹੈ ਨਾ ਅਤੇ ਭਤੀਜਾ ਮੇਰਾ ਬੱਚਾ ਲਏ ਉਹਨੂੰ ਪਤਾ ਨਹੀਂ ਉਹ ਤਾਂ ਮੈਂ ਬੇਸੁਰਤ ਹੋਇਆ ਸੀਗਾ ਉਹ ਵੀ ਬੇਸੁਰਤੀ ਵਿਚਾਰਾ ਉਹਨੂੰ ਸੁਰਤ ਕੋਈ ਨਹੀਂ ਹੈਗੀ ਅਤੇ ਜਦੋਂ ਸਾਨੂੰ ਹੁਣ ਸੁਰਤ ਆਈ ਆ ਮੜੀ ਪਤਾ ਲੱਗਦਾ FIR ਹੋ ਗਈ ਆ ਕੁਛ ਇਹਨਾਂ ਨੇ ਬਿਆਨ ਲੈ ਕੇ ਬੰਦ ਕਮਰੇ 'ਚ ਬਿਆਨ ਦਿੱਲੇ ਆ ਅਤੇ ਅਸੀਂ ਉਹ ਚੀਜ਼ ਦੀ ਮੰਗ ਕਰਦੇ ਪ੍ਰਸ਼ਾਸਨ ਕੋਈ ਦੁਬਾਰਾ ਜਿਹੜੇ ਮੇਰੇ ਭਰਾ ਨੇ ਵੀਡੀਓ ਕਹੀ ਆ ਬੋਲੀ ਆ ਜਿਹੜੀ ਵੀਡੀਓ 'ਚ ਬਿਆਨ ਦਿੱਤੇ ਅਸੀਂ ਉਹਦੇ ਹਿਸਾਬ ਨਾਲ ਚੱਲਣਾ ਚਾਹੀਦਾ ਉਹ ਜਿਹੜੇ ਪੰਜ ਬੰਦਿਆਂ ਨਾਲ ਦੇ ਪੰਜਾਂ ਦੇ ਹੋਣੀ ਚਾਹੀਦੀ ਕਾਰਵਾਈ ਪੁਲਿਸ ਪ੍ਰਸ਼ਾਸਨ ਵੱਲੋਂ ਜਿਹੜੇ ਦੋ ਬੰਦੇ ਰਹਿ ਗਏ ਆ ਜਿਨ੍ਹਾਂ ਦੀ FIR ਨਹੀਂ ਲਾਂਚ ਹੋਈ ਆ ਉਹਨਾਂ ਦਾ ਕੀ ਨਾਮ ਹੈ ਕਾਰਨ ਵੀ ਮੰਨਦੇ ਹੋ ਕਾਰਨ ਜੀ ਠੀਕ ਆ ਦੁਆ ਜੀ ਹੋਰ ਕੁਛ ਨਹੀਂ ਆ ਦੂਜਾ ਸਰਕਾਰੀ ਮੁਲਾਜ਼ਮ ਆ ਸਰਕਾਰੀ ਮੁਲਾਜ਼ਮ ਕਰਕੇ ਕੀਤਾ ਜਾ ਰਿਹਾ ਹੁਣ ਸਾਨੂੰ ਧਮਕੀਆਂ ਮਿਲ ਰਹੀਆਂ ਵਾ ਸਾਨੂੰ ਕਿ ਤੁਹਾਡੇ ਬੇਟੇ ਨੂੰ ਝੂਠੇ ਪਰਚੇ ਫਸਾ ਦੇਣਾ ਤੁਹਾਡੇ ਫਲਾਨਾ ਕਰ ਦੇਣਾ ਆਹ ਚੀਜ਼ਾਂ ਮਿਲ ਰਹੀਆਂ ਧਮਕੀਆਂ ਇੱਕ ਤੁਹਾਡੇ ਵੱਲੋਂ ਐਪਲੀਕੇਸ਼ਨ ਦਿੱਤੀ ਗਈ ਆ ਉਹਦੇ ਵਿੱਚ ਕੀ ਬਾਰੇ ਉਹਦੇ ਵਿੱਚ ਕੀ ਅਸੀਂ ਇਹ ਮੰਗ ਕੀਤੀ ਵੀ ਜਿਹੜੇ ਪੰਜ ਉਹ ਵੀਡੀਓ ਦੇ ਵਿੱਚ ਬੋਲਿਆ ਜੋ ਕਾਨੂੰਨ ਦੇ ਹਿਸਾਬ ਨਾਲ ਬੰਦਾ ਉਹ ਕਰੋ ਤੁਸੀਂ ਜੋ ਕਾਨੂੰਨ ਦੇ ਹਿਸਾਬ ਨਾਲ ਪੰਜ ਬੰਦੇ ਦੇ ਉਹਨਾਂ ਨਾਲ ਇਹਦੇ ਪੰਜਾਂ ਦੇ ਨਾਂ ਐਡ ਕੀਤੇ ਜਾਣ ਕੀ ਆਸ਼ਵਾਸਨ ਦਿੱਤਾ ਤੁਹਾਨੂੰ ਉਹ ਕਹਿੰਦੇ ਅਸੀਂ ਐਡ ਕਰਦੇ ਹਾਂ ਜੇ ਨਹੀਂ ਐਡ ਕਰਦੇ ਤੇ ਅਸੀਂ ਸੰਸਕਾਰ ਨਹੀਂ ਕਰਦੇ ਸਰ ਜੇ ਗੱਲ ਕਰੀਏ ਪੁਲਿਸ ਨੇ ਬਿਨਾਂ ਵੈਰੀਫਾਈ ਕੀਤੇ ਤਿੰਨ ਬੰਦਿਆਂ ਦੇ ਉੱਤੇ ਪਰਚਾ ਦਰਜ ਕਰ ਦਿੱਤਾ ਦੋ ਬੰਦਿਆਂ ਨੂੰ ਬਾਹਰ ਕਿਉਂ ਕਿਹਦੇ ਉਹ ਕੀ ਆ ਉਹਨਾਂ ਨੂੰ ਵੈਰੀਫਾਈ ਕਰਨਾ ਇਹ ਹੁਣ ਇਹਨਾਂ ਨੂੰ ਪਤਾ ਹੋਣਾ ਵੈਰੀਫਾਈ ਕਰ ਵੀਡੀਓ ਦਾ ਵੱਡਾ ਪ੍ਰੂਫ ਕੀ ਆ ਇੱਕ ਸੋ ਲਿਖ ਕੇ ਚੱਲ ਜਾਵੇ ਬੰਦਾ ਉਹਦੇ ਉੱਤੇ ਪਰਚਾ ਜਾਂਦਾ ਉਹ ਤਾਂ ਇੱਕ ਵੀਡੀਓ ਦੇ ਵਿੱਚ ਬੋਲ ਕੇ ਗਿਆ ਵਾ ਉਹਦੇ ਵੀਡੀਓ 'ਚ ਬੋਲ ਕੇ ਗਿਆ ਵਾ ਅਤੇ ਹੁਣ ਫਿਰ ਦਾਲ 'ਚ ਕੋਈ ਕਾਲਾ ਵਾ ਇਹਨਾਂ ਨੂੰ ਪਤਾ ਹੋਊ ਕੀ ਆ ਦੋ ਬੰਦੇ ਕਿਹੜੇ ਕਿਹੜੇ ਰਹਿ ਗਏ ਜੀ ਬਾਹਰ ਇੱਕ ਆਪਣਾ ਪੁਸ਼ਪਵਾਲੀ ਆ ਉਹਦਾ ਤਾਂ ਰਿਕਾਰਡ ਦਾ ਪਤਾ ਹੀ ਅੱਗੇ ਕਦੀ ਕਿਤੇ ਉਹ ਸਸਪੈਂਡ ਕਦੀ ਕਿਤੇ ਉਹ ਸਸਪੈਂਡ ਕਦੀ ਕਿਤੇ ਸਸਪੈਂਡ ਹੁੰਦਾ ਵਾ ਅਤੇ ਇੱਕ ਹਲਕਾ ਵਧਾਇਕ ਜਦੋਂ ਨਾ ਮੇਰੇ ਭਰਾ ਨੇ ਬੋਲਿਆ ਹਲਕਾ ਵਿਧਾਇਕ ਨੇ ਵੀ ਕਿਹਾ ਸੀ ਇਹ ਮੇਰਾ ਕਾਰਜਕਰਤਾ ਹੈਗਾ ਹਾਂਜੀ ਠੀਕ ਹੈ ਤੇ ਕਾਰਜਕਰਤਾ ਹੈਗਾ ਨਾ ਤੇ ਕਾਰਜਕਰਤਾ ਕੋਈ ਤਾਂ ਦੁੱਖ ਹੋਊਗਾ ਕਿ ਉਹਨੇ ਚੋੜ ਕੇ ਪੰਚਾਇਤ ਉਹ ਬੋਲਿਆ ਪਾਗਲ ਤਾਂ ਹੈ ਨਹੀਂ ਸੀਗਾ ਕੋਈ ਗੱਲ ਹੋਈ ਤਾਂ ਉਹਨੇ ਇੱਡਾ ਤਕੜਾ ਸਟੈਪ ਲਿਆ ਉਹਦੇ ਮਨ ਦੇ ਅੰਦਰ ਸੀ ਕੋਈ ਤੰਗ ਪਰੇਸ਼ਾਨ ਕੀਤਾ ਗਿਆ ਤਾਂ ਉਹਨੇ ਇਹ ਗੱਲ ਬੋਲੀ ਜੇ ਕਾਰਜਕਰਤਾ ਸੀ ਤੰਗ ਪਰੇਸ਼ਾਨ ਕਰਦੇ ਆ ਪਾਰਟੀ ਕਾਰਜਕਰਤਾ ਸੀ ਭਾਜੀ ਉਹਦਾ ਪਰਸਨਲ ਕਾਰਜਕਰਤਾ ਨਹੀਂ ਸੀ ਇਸ ਗੱਲ ਨੂੰ ਲੈ ਕੇ ਕੋਈ ਬਰਦਨ ਅੱਗੇ ਤੁਹਾਨੂੰ ਕਦੀ ਗੱਲ ਕੀਤੀ ਹੋਵੇ ਕਈ ਵਾਰੀ ਕਰਦਾ ਸੀਗਾ ਕਿ ਕਦੀ ਕੋਈ ਗਊਸ਼ਾਲਾ ਦੀ ਕਦੀ ਕੋਈ ਬੰਦੇ ਭੇਜ ਦਿੰਦੇ ਕੋਈ ਅਫਸਰ ਕਿਤੋਂ ਆਏ ਜਾਂਦੇ ਕਦੀ ਕੋਈ ਭੇਜ ਦਿੰਦੇ ਸੀਗੇ ਦੱਸ ਦੇ ਨਹੀਂ ਦੇ ਸੀਗੇ ਵੀਡੀਓ ਬਣਾ ਲਈ ਉਹ ਕਰ ਲਈ ਇੱਦਾਂ ਕਰਕੇ ਚੱਲ ਜਾਂਦੇ ਸੀਗੇ ਉਹ ਮਿੰਟਰੀ ਤੌਰ 'ਤੇ ਤਾਂ ਜਦੋਂ ਸਾਨੂੰ ਮੈਂ ਇਸ ਟਾਈਮ ਮੈਂ ਨੂੰ ਦੋਖਿਆ ਮੇਰਾ ਭਰਾ ਗਿਆ ਵਾ ਮੇਰਾ ਦਿਮਾਗ ਇਸ ਟਾਈਮ ਕੰਮ ਨਹੀਂ ਕਰਦਾ ਸੀਗਾ ਹੁਣ ਮੈਂ ਸੁਰਤ ਆਈ ਹੈ ਥੋੜ੍ਹੀ ਜਿਹੀ ਅਤੇ ਸਾਡਾ ਘਰ ਹੀ ਲੁੱਟ ਗਿਆ ਜਿਹੜਾ ਮੇਰਾ ਵੱਡਾ ਭਰਾ ਚਲਾ ਗਿਆ ਵਾ ਹੁਣ ਪ੍ਰਸ਼ਾਸਨ ਨੂੰ ਕਿੰਨਾ ਸਮਾਂ ਦੇ ਦਿੱਤਾ ਗਿਆ ਅਸੀਂ ਕੱਲ੍ਹ ਦਾ ਦਿੱਤਾ ਵਾ ਨਹੀਂ ਤਾਂ ਅਸੀਂ ਸੰਸਕਾਰ ਨਹੀਂ ਕਰਾਂਗੇ ਪੁਲਿਸ ਨੇ ਜੀ ਅੱਜ ਧਰਮਵੀਰ ਬਖਸ਼ੀ ਜਿਹਨੇ ਸੁਸਾਈਡ ਕੀਤੀ ਸੀ ਉਹਦੇ ਬੇਟਾ ਜਿਹੜਾ ਅਭਿਸ਼ੇਕ ਬਖਸ਼ੀ ਆ ਉਹਦੀ ਸਟੇਟਮੈਂਟ ਦੇ ਉੱਤੇ ਜਿਹੜੀ FIR ਲੌਜ ਕੀਤੀ ਹੈ FIR ਲੌਜ ਕਰਕੇ ਅਸੀਂ ਇਨਵੈਸਟੀਗੇਸ਼ਨ ਸ਼ੁਰੂ ਕਰਤੀ ਹੈ ਡੈੱਡ ਬੋਡੀ ਦੇ ਅਸੀਂ ਪੋਸਟਮਾਰਟਮ ਲਈ ਜਿਹੜੀ ਉੱਥੇ ਜਿਹੜੀ ਹੈਗੀ ਸਿਵਲ ਹਸਪਤਾਲ ਜਲੰਧਰ ਭੇਜ ਦਿੱਤੀ ਹੈ ਅੱਗੇ ਇਨਵੈਸਟੀਗੇਸ਼ਨ ਜਿਹੜੀ ਆ ਉਹ ਅਸੀਂ ਜਾਰੀ ਆ ਜਿਹੜਾ ਵੀ ਇਹਦੇ 'ਚ ਦੋਸ਼ੀ ਹੋਵੇਗਾ ਉਹਦੇ ਖਿਲਾਫ਼ ਅਸੀਂ ਸਖ਼ਤ ਤੋਂ ਸਖ਼ਤ ਕਾਰਵਾਈ ਕਰਾਂਗੇ ਜਿਹੜੀ ਸੋਸ਼ਲ ਮੀਡੀਆ ਉੱਤੇ ਵੀਡੀਓ ਵਾਇਰਲ ਹੋ ਰਹੀ ਆ ਉਹਦੇ ਵਿੱਚ ਪੰਜ ਬੰਦਿਆਂ ਦਾ ਨਾਮ ਲਿਆ ਜਾ ਰਿਹਾ ਪੰਜ ਬੰਦੇ ਕੌਣ ਕੌਣ ਹੈ ਅਤੇ ਪੁਲਿਸ ਨੇ ਕਿੰਨੇ ਬੰਦਿਆਂ 'ਤੇ ਪਰਚਾ ਦਰਜ ਕੀਤਾ ਇਹਦੇ ਵਿੱਚ ਜੀ ਪਹਿਲੀ ਗੱਲ ਪੁਲਿਸ ਨੇ ਜਿਹੜਾ ਹੈਗਾ ਸਿਰਫ ਸਟੇਟਮੈਂਟ ਦਰਜ ਕਰਨੀ ਹੁੰਦੀ ਹੈ ਤਾਂ ਉਹਦੇ 'ਤੇ ਪਰਚਾ ਦਰਜ ਕਰਨਾ ਜਿਹੜਾ ਇਹਨਾਂ ਦਾ ਬੇਟਾ ਸੀ ਜੀ ਅਭਿਸ਼ੇਕ ਬਖਸ਼ੀ ਉਹਨੇ ਸਾਨੂੰ ਤਿੰਨ ਬੰਦਿਆਂ ਦਾ ਹੀ ਨਾਮ ਲਿਖਾਇਆ ਸੀ ਇਸ ਕਰਕੇ ਅਸੀਂ ਤਿੰਨਾਂ ਬੰਦਿਆਂ ਦੇ ਖਿਲਾਫ਼ ਹੀ FIR ਲੌਜ ਕੀਤੀ ਘਰਦਿਆਂ ਦਾ ਆਰੋਪ ਹੈ ਕਿ ਮ੍ਰਿਤਕ ਵਿਅਕਤੀ ਵੱਲੋਂ ਪੰਜ ਬੰਦਿਆਂ ਦਾ ਨਾਮ ਲਿੱਤਾ ਜਾ ਰਿਹਾ ਪੁਲਿਸ ਨੇ ਦੋ ਬੰਦਿਆਂ ਨੂੰ ਇਸ ਲਈ ਕੱਢਿਆ ਕਿਉਂਕਿ ਇੱਕ ਪੁਲਿਸ ਮੁਲਾਜ਼ਮ ਹੈ ਦੂਸਰਾ ਵਿਧਾਇਕ ਹੈ ਫਿਰ ਮੇਰੇ ਖਿਆਲ ਤੱਕ ਇਹਨਾਂ ਨੂੰ ਆਪਣੇ ਜਿਹੜਾ ਫੈਮਿਲੀ ਮੈਂਬਰ ਜਿਹਨੂੰ ਇਹਨਾਂ ਨੇ ਇੱਕ ਐਡਵੋਕੇਟ ਦੀ ਹਾਜ਼ਰੀ 'ਚ ਸਾਨੂੰ ਸਟੇਟਮੈਂਟ ਦਿੱਤੀ ਆ ਅਤੇ ਉਦੋਂ ਇਹਨਾਂ ਨੇ ਆਪਣੇ ਫੈਮਿਲੀ ਮੈਂਬਰ ਨੂੰ ਹੀ ਇਹ ਗਾਈਡ ਕਰਨਾ ਚਾਹੀਦਾ ਸੀ ਕਿ ਮਰਨ ਵਾਲੇ ਨੇ ਜਿਹੜਾ ਹੈਗਾ ਵੀਡੀਓ ਲਾਈਵ 'ਚ ਆਹ ਬੋਲਿਆ ਅਤੇ ਤੁਹਾਨੂੰ ਵੀ ਇਸ ਤਰੀਕੇ ਨਾਲ ਬਿਆਨ ਲਿਖਣਾ ਚਾਹੀਦਾ ਕਿਉਂਕਿ ਅਸੀਂ ਜਿਹੜਾ ਬਿਆਨ ਲਿਖਾਉਣਾ ਹੁੰਦਾ ਉਹਨੂੰ ਅਸੀਂ ਗਾਈਡ ਕਰਕੇ ਜਾਂ ਅਸੀਂ ਉਹਨੂੰ ਨਹੀਂ ਕਹਿ ਸਕਦੇ ਵੀ ਤੂੰ ਇਹੋ ਹੀ ਬਿਆਨ ਲਿਖਾ ਉਹ ਉਹਦੀ ਮਰਜ਼ੀ ਹੈ ਜੀ ਉਹਨੇ ਕਿਹੜੀ ਸਟੇਟਮੈਂਟ ਦੇਣੀ ਹੈ
ਉਹਦੀ ਸਟੇਟਮੈਂਟ 'ਤੇ ਅਸੀਂ ਉਹਨੂੰ ਕਿੰਤੂ ਪ੍ਰੰਤੂ ਨਹੀਂ ਕਰਨਾ ਚਾਹੁੰਦੇ। ਜਿਸ ਤਰੀਕੇ ਦੀ ਉਹ ਦੇਗਾ ਸਟੇਟਮੈਂਟ, ਉਸ ਤਰੀਕੇ ਦੀ ਸਟੇਟਮੈਂਟ ਲੱਗ ਕੇ ਅਸੀਂ ਕਾਰਵਾਈ ਅਮਲ 'ਚ ਲਿਆਵਾਂਗੇ। ਘਰਦਿਆਂ ਦਾ ਆਰੋਪ ਹੈ ਜਦੋਂ ਲੜਕਾ ਸਟੇਟਮੈਂਟ ਦੇ ਰਿਹਾ ਸੀ ਬਾਕੀ ਬੰਦਿਆਂ ਨੂੰ ਬਾਹਰ ਕਰ ਦਿੱਤਾ ਸੀ, ਤਾਂ ਉਸ ਉਹਨੂੰ ਹੀ ਅੰਦਰ ਬਿਠਾਇਆ ਗਿਆ ਸੀ, ਦਬਾਅ ਦੇ ਵਿੱਚ ਸਟੇਟਮੈਂਟ ਲਿੱਤੀ ਗਈ ਸੀ। ਜਦੋਂ ਉਹਦੀ ਸਟੇਟਮੈਂਟ ਲਿਖੀ ਹੈ ਜੀ, ਉੱਥੇ ਘੱਟੋ ਘੱਟ ਸਾਡੇ ਕੋਲ 8 ਬੰਦੇ ਸੀ ਹਾਜ਼ਰ, ਵਿਦ ਇਹਨਾਂ ਦਾ ਐਡਵੋਕੇਟ ਜਿਹਨਾਂ ਨੇ ਬੁਲਾ ਕੇ ਜਿਹਦੀ ਹਾਜ਼ਰੀ 'ਚ ਸਾਨੂੰ ਸਟੇਟਮੈਂਟ ਦਿੱਤੀ। ਇਹਨਾਂ ਦਾ ਜਿਹੜਾ ਮੌਕੇ ਦਾ ਗਵਾਹ ਇੱਕ ਬਣਾਇਆ, ਇਹਨਾਂ ਦਾ ਮਾਸੜ ਜੀ ਹੈ ਲੜਕੇ ਦਾ, ਉਹ ਵੀ ਉੱਥੇ ਸੀ, ਬਾਕੀ ਇਹਨਾਂ ਦੇ ਸਾਰੇ ਮੈਂਬਰ ਉੱਥੇ ਸੀ। ਜਿਹੜੀ ਹੁਣ ਇਸ਼ੂ ਵਾਲੀ ਗੱਲ ਆਈ ਹੈ, ਦੇਖੋ ਇਸ ਤਰ੍ਹਾਂ ਕਦੀ ਇਨਵੈਸਟੀਗੇਸ਼ਨ ਨਹੀਂ ਹੁੰਦੀ ਕਿ ਇੱਕ ਕੋਈ ਸਿਆਸੀ ਪਾਰਟੀ ਅੱਜ ਆ ਜਾਏਗੀ ਅਤੇ ਉਹ ਦੁਬਾਰਾ ਕਹੇਗੀ ਤੁਸੀਂ ਇਸ ਤਰੀਕੇ ਨਾਲ ਆਇਆ ਕਰ ਦਿਉ, ਕੱਲ੍ਹ ਨੂੰ ਫਿਰ ਇੱਕ ਸਿਆਸੀ ਪਾਰਟੀ ਕੋਈ ਹੋਰ ਆ ਜਾਏਗੀ, ਉਹ ਕਹੇਗੀ ਸਾਡਾ ਵੀ ਇੱਦਾਂ ਹੀ ਬਿਆਨ ਲਿਖੋ ਜੀ ਅਸੀਂ ਘਰ ਦੇ ਜੇ ਸਾਨੂੰ ਡੇਲੀ ਰੋਜ਼ ਇੱਕ ਬਿਆਨ ਲਿਖਾਉਣਗੇ ਸਿਆਸੀਆਂ ਵੱਖਰੀ ਵੱਖਰੀਆਂ ਪਾਰਟੀਆਂ ਕਰਕੇ, ਅਤੇ ਉਹਦੇ 'ਚ ਫਿਰ ਇਨਵੈਸਟੀਗੇਸ਼ਨ ਨਹੀਂ ਹੋ ਸਕਦੀ। ਹੁਣ ਘਰਦਿਆਂ ਵੱਲੋਂ ਇੱਕ ਹੋਰ ਦਰਖਾਸਤ ਦਿੱਤੀ ਗਈ ਹੈ ਤੁਹਾਨੂੰ, ਦਰਖਾਸਤ ਕਿਹਦੇ ਵੱਲੋਂ ਦਿੱਤੀ ਗਈ ਹੈ ਅਤੇ ਹੁਣ ਦਰਖਾਸਤ ਦੇ ਵਿੱਚ ਕੀ ਲਿਖਿਆ? ਇਹ ਵੀ ਜਿਹੜੀ ਐਪਲੀਕੇਸ਼ਨ ਆ ਜੀ, ਇਹ ਕੁਝ ਸਾਡੇ ਲੋਕਲ ਲੀਡਰ ਜਿਹੜੇ ਆ ਮੌਜੂਦਾ ਪਾਰਟੀ ਦੇ ਐਮਪੀ ਜਿਹੜੇ ਹੈਗੇ ਸੀ, ਉਹਨਾਂ ਦੇ ਕੁਝ ਬੰਦੇ ਆਣ ਕੇ ਇਹਨੂੰ ਲੜਕੇ ਕੋਲ ਫਿਰ ਦੁਬਾਰਾ ਦਰਖਾਸਤ ਦਵਾਈ ਆ, ਅਸੀਂ ਉਹ ਦਰਖਾਸਤ ਇਹਨਾਂ ਕੋਲ ਲੈ ਲਈ ਆ, ਉਹਨੂੰ ਵੀ ਅਸੀਂ ਆਪਣੀ ਤਫਤੀਸ਼ ਦੇ ਵਿੱਚ ਹੀ ਜਾ ਕੇ ਇਹਦੀ ਤਫਤੀਸ਼ ਕਰ ਰਹੇ ਹਾਂ। ਦਰਖਾਸਤ ਦੇ ਵਿੱਚ ਸਰ ਕਿਹਦਾ ਨਾਮ ਲਿਖਿਆ ਗਿਆ? ਇਹਦੇ ਵਿੱਚ ਇਹਨਾਂ ਨੇ ਜੀ 5 ਮੈਂਬਰਾਂ ਦਾ ਨਾਮ ਲਿਖਿਆ ਆ, ਅਸੀਂ 5 ਮੈਂਬਰਾਂ ਨੂੰ ਅਸੀਂ ਦੇਖੋ ਤਫਤੀਸ਼ 'ਚ ਹੀ ਕੰਸਿਡਰ ਕਰਾਂਗੇ ਵੀ ਅਸੀਂ ਕਿਹੜਾ ਇਹ ਮੁਕਦਮੇ ਦਾ ਦੋਸ਼ੀ ਹੈ, ਕਿਉਂਕਿ ਤਫਤੀਸ਼ 'ਚ ਸਾਨੂੰ ਕੋਈ ਡਾਇਰੈਕਸ਼ਨ ਨਹੀਂ ਦੇ ਸਕਦਾ, ਤਫਤੀਸ਼ 'ਚ ਸਾਨੂੰ ਸਿਰਫ ਆਪਣੀ ਜਿਹੜੀ ਉਹ ਸਟੇਟਮੈਂਟ ਦੇ ਸਕਦਾ, ਉਹਨੂੰ ਅਸੀਂ ਤਫਤੀਸ਼ 'ਚ ਸਾਨੂੰ ਪੁਲਿਸ ਨੂੰ ਕੋਈ ਫੋਰਸ ਵੀ ਨਹੀਂ ਕਰ ਸਕਦਾ ਕੀ ਕਰਨਾ। 5 ਬੰਦੇ ਦਾ ਜਿਹੜਾ ਨਾਮ ਲਿਖਿਆ, 5 ਬੰਦੇ ਕੌਣ ਕੌਣ ਹੈ? ਉਹਦੇ ਵਿੱਚ ਹੈਗੇ ਜਾਨੀ ਜੀ, ਇਹਨਾਂ ਦੇ ਵਿੱਚ ਇੱਕ ਤਾਂ ਸਾਡੇ ਕੋਈ ਐਸ ਆਈ ਨੇ ਖੁਸ਼ਬ ਵਾਲੀ, ਇੱਕ MLA ਸਾਹਿਬ ਨੇ, ਇੱਕ ਸੰਜੀਵ ਕਾਲਾ ਆ ਕੋਈ, ਇੱਕ ਸਾਡੇ ਹੈਗਾ ਇੱਥੋਂ ਦਾ ਗੌਤਮ ਮੋਹਨ ਹੈਗਾ, ਇੱਕ ਕੋਈ ਰਾਮ ਮੋਹਨ ਹੈਗੇ ਨੇ। ਅਤੇ ਜਿਹੜੀ ਪੁਲਿਸ ਨੇ FIR ਲਾਂਚ ਕੀਤੀ, ਕਿੰਨੇ ਬੰਦਿਆਂ 'ਤੇ ਕੀਤੀ ਅਤੇ ਕੀ ਨਾਂ ਦੇ ਉੱਤੇ ਕਰ ਦਿੱਤੀ ਹੈ? ਉਹਦੇ 'ਚ ਅਸੀਂ ਜੀ ਸਿਰਫ ਇੱਕ ਜਿਹੜਾ ਹੈਗਾ ਆ ਮੋਹਨ ਹੈਗਾ ਆ ਸੰਜੀਵ ਕਾਲਾ, ਮੋਹਨ ਸਵੀਟ ਸ਼ੋਪ ਵਾਲਾ, ਇੱਕ ਗੌਤਮ ਮੋਹਨ ਹੈਗਾ ਅਤੇ ਇੱਕ ਰਾਮ ਮੋਹਨ ਹੈਗਾ। ਮੈਂ ਤੁਹਾਨੂੰ ਇੱਥੇ ਦੁਬਾਰਾ ਹੀ ਕਹਿਣਾ ਚਾਹਾਂਗਾ, ਪੁਲਿਸ ਨੇ ਸਟੇਟਮੈਂਟ 'ਤੇ FIR ਦਰਜ ਕੀਤੀ, ਪੁਲਿਸ ਨੇ ਆਪਣੇ ਵੱਲੋਂ ਕੋਈ ਡਾਇਰੈਕਟ ਪਰਚਾ ਨਹੀਂ ਦਿੱਤਾ। ਠੀਕ ਹੈ, ਇਸ ਕਰਕੇ ਜੋ ਸਟੇਟਮੈਂਟ 'ਚ ਉਹਨਾਂ ਨੇ 3 ਬੰਦਿਆਂ ਦਾ ਨਾਮ ਲਿਖਾਇਆ ਸੀ, ਅਸੀਂ 3 ਬੰਦਿਆਂ ਦੇ ਖਿਲਾਫ਼ ਹੀ FIR ਲੋਸ ਕੀਤੀ। ਸਰ, ਇੰਨਾ ਪਤਾ ਲੱਗਾ ਕਿ ਮ੍ਰਿਤਕ ਵਿਅਕਤੀ ਕਿਸ ਗੱਲ ਨੂੰ ਲੈ ਕੇ ਪਰੇਸ਼ਾਨ ਸੀ ਇਹਨਾਂ ਕੋਲ? ਇਹ ਸਾਨੂੰ ਦੇਖੋ, ਅਸੀਂ ਇਨਵੈਸਟੀਗੇਸ਼ਨ 'ਚ ਇਹਨਾਂ ਨੂੰ ਵੀ ਪੁੱਛਾਂਗੇ, ਇਨਵੈਸਟੀਗੇਸ਼ਨ 'ਚ ਅਸੀਂ ਉਹਦਾ ਹਰ ਸੁਰਾਗ ਲਾਵਾਂਗੇ। ਹੁਣ ਅਸੀਂ ਮੌਕੇ 'ਤੇ ਜਾਵਾਂਗੇ ਜਿੱਥੋਂ ਸੂਸਾਈਡ ਉਹਨੇ ਜਿੱਥੇ ਉੱਥੇ ਉਹਨਾਂ ਨੇ ਵੀਡੀਓ ਰਿਕਾਰਡਿੰਗ ਕੀਤੀ ਜਾਂ ਜਿੱਥੇ ਉਹਨੇ ਦਵਾਈ ਪੀਤੀ, ਉਸ ਇੰਸੀਡੈਂਟ ਨੂੰ ਲੱਭਾਂਗੇ, ਲੱਭ ਕੇ ਜਗ੍ਹਾ ਉੱਥੇ ਅਸੀਂ ਸਾਰਾ ਪਤਾ ਕਰਾਂਗੇ, ਫਿਰ ਇਹਦੇ ਬੈਕ ਫੈਮਿਲੀ 'ਚ ਜਾਵਾਂਗੇ, ਉੱਥੋਂ ਇੱਕ ਇੱਕ ਮੈਂਬਰ ਕੋਲ ਪੁੱਛਾਂਗੇ ਵੀ ਇਹਨੇ ਇਸ ਤਰੀਕੇ ਨਾਲ ਸੂਸਾਈਡ ਕਿਉਂ ਕੀਤੀ। ਇਸ ਕੇਸ ਨੂੰ ਲੈ ਕੇ ਕੋਈ ਵਿਧਾਇਕ ਨਾਲ ਗੱਲਬਾਤ ਹੋਈ ਹੋਵੇ ਤੁਹਾਡੀ, ਜਾਂ ਉਹਨਾਂ ਨੇ ਤੁਹਾਨੂੰ ਕੋਈ ਫੋਨ ਕੀਤਾ ਹੋਵੇ? ਨਹੀਂ, ਅਜੇ ਤੱਕ ਸਾਨੂੰ ਕਿਸੇ ਨੇ ਨਹੀਂ ਕੀਤਾ, ਅਜੇ ਤੱਕ ਸਾਨੂੰ ਸਿਰਫ ਕੁਝ ਜਿਹੜੇ ਹੈਗੇ ਆਊਟਸਾਈਡ ਤੋਂ ਸਾਨੂੰ ਫੋਨ ਆਏ ਸੀ ਵੀ ਇਸ ਤਰੀਕੇ ਨਾਲ ਕਰ ਦਿਉ। ਅਸੀਂ ਉਹਨਾਂ ਨੂੰ ਬੇਨਤੀ ਕੀਤੀ ਸੀ ਕਿ ਸਾਨੂੰ ਇਨਵੈਸਟੀਗੇਸ਼ਨ ਦੇ ਵਿੱਚ ਡਿਸਟਰਬ ਨਾ ਕੀਤਾ ਜਾਵੇ, ਇਨਵੈਸਟੀਗੇਸ਼ਨ 'ਚ ਜੇਕਰ ਕੋਈ ਸੰਯੋਗ ਕਰਨਾ ਚਾਹੁੰਦੇ ਆ ਤਾਂ GIN ਸਾਨੂੰ ਉਹ 'ਚ ਸੰਯੋਗ ਕਰਨ, ਤਾਂ ਜੋ ਅਸੀਂ ਸਹੀ ਦੋਸ਼ੀਆਂ ਨੂੰ ਫੜ ਕੇ ਸਹੀ ਸਜ਼ਾ ਕਰਾ ਕੇ ਇਹਨਾਂ ਦੀ ਜਿਹੜੀ ਆ ਕੰਪਲੇਂਟਰ ਪਾਰਟੀ ਦੀ ਹੱਕ ਰਸੀ ਕਰਾ ਸਕੇ। ਲਾਸਟ ਕੁਸ਼ਚਨ, 4.5 ਲੱਖ ਰੁਪਏ ਦੀ ਕੀ ਗੱਲ ਹੈ? ਮੇਰੇ ਅਜੇ ਨੋਟਸ 'ਚ ਇੰਨੀ ਕੋਈ ਗੱਲ ਨਹੀਂ ਆਈ, ਬਟ ਮੈਨੂੰ ਇੰਨਾ ਪਤਾ ਲੱਗਾ ਜੀ ਕੋਈ ਪਹਿਲਾਂ ਕੋਈ ਪਰਚਾ ਦਰਜ ਹੋਇਆ ਉਹਦੇ ਵਿੱਚ ਕੋਈ ਸ਼ਾਇਦ ਕੋਈ ਪੈਸਿਆਂ ਦੀ ਕੋਈ ਗੱਲਬਾਤ ਚੱਲੀ, ਬਟ ਮੈਨੂੰ ਇਹ ਨਹੀਂ ਪਤਾ ਜੇ ਵੀ 4.5 ਲੱਖ ਜਾਂ 4 ਲੱਖ ਇਹਦਾ ਅਮਾਊਂਟ ਨਹੀਂ ਪਤਾ ਲੱਗਾ ਮੈਨੂੰ, ਉਹਦੇ ਬਾਰੇ ਜਾਣਕਾਰੀ ਨਹੀਂ ਹੈਗੀ, ਨਾ ਹੀ ਮੈਨੂੰ ਜਿਹਦੇ 'ਤੇ ਪਰਚਾ ਦਰਜ ਹੋਇਆ ਕੋਈ ਪਹਿਲਾਂ ਉਹਦਾ ਵੀ ਨਹੀਂ ਮੈਨੂੰ ਪਤਾ ਵੀ ਕੀ ਇਹਨਾਂ ਮੈਨੂੰ ਪਤਾ ਲੱਗਾ 25-59 ਦਾ ਕੋਈ ਪਰਚਾ ਦਰਜ ਹੋਇਆ, ਬਟ ਮੈਨੂੰ ਇਹਦੇ ਬਾਰੇ ਜ਼ਿਆਦਾ ਜਾਣਕਾਰੀ ਨਹੀਂ। ਸਰ, ਜਿਹੜਾ ਪੀੜਤ ਸੀਗਾ ਉਹ 5 ਬੰਦਿਆਂ ਤੋਂ ਪਰੇਸ਼ਾਨ ਸੀਗਾ, ਤੁਸੀਂ ਵੀਡੀਓ ਦੇਖੀ ਹੋਣੀ ਆ, ਅਤੇ ਉਹਨੂੰ ਤੋਂ ਤੁਸੀਂ ਕੀ ਕਹਿ ਸਕਦੇ ਹਾਂ? ਇਹ ਤਾਂ ਮੈਂ ਤੁਹਾਨੂੰ ਕਹਿੰਦਾ ਸਰ, ਜਦੋਂ ਤਫਤੀਸ਼ ਮੁਕੰਮਲ ਕਰ ਲਾਂਗਾ ਜੀ, ਮੁਕੰਮਲ ਕਰਕੇ ਜਦੋਂ ਅਸੀਂ ਇਹਦਾ ਸਾਰਾ ਤਫਤੀਸ਼ ਦਾ ਚਲਾਨ ਅਦਾਲਤ 'ਚ ਦੇਵਾਂਗੇ, ਉਸ ਟਾਈਮ ਤੁਹਾਨੂੰ ਮੈਂ ਸਾਰਾ ਬਰੀਫ ਕਰ ਸਕਦਾ ਕਿ ਆਖਿਰਕਾਰ ਇਹ ਕੀ ਗੱਲ ਆ ਵੀ ਇਹ ਬੰਦਾ 5 ਬੰਦਿਆਂ ਤੋਂ ਕੀ ਰੀਜ਼ਨ ਸੀ। ਦੇਖੋ, ਕਿਸੇ ਨੂੰ ਵੀ ਕੋਈ ਮਜਬੂਰ ਕਰਦਾ ਤਾਂ ਉਹਦਾ ਰੀਜ਼ਨ ਵੀ ਪ੍ਰੂਫ ਹੋਣਾ ਚਾਹੀਦਾ, ਇਹ ਨਹੀਂ ਵੀ ਬੰਦਾ ਕੋਈ ਆਪਣੀ ਹੀ ਗੱਲ ਤੋਂ ਮਜਬੂਰ ਹੋ ਕੇ ਅਤੇ ਇਹ ਕਰ ਲਏ। ਇਹਦੇ ਵਿੱਚ ਬਕਾਇਦਾ ਅਸੀਂ ਰੀਜ਼ਨ ਲੱਭਾਂਗੇ ਵੀ ਕਿਹੜੇ ਬੰਦੇ ਦਾ ਕੀ ਰੀਜ਼ਨ ਹੈ, ਕਿਹੜੇ ਬੰਦੇ ਦਾ ਕੀ ਰੀਜ਼ਨ ਸੀ, ਅਸੀਂ ਡੂੰਘਾਈ 'ਚ ਡੀਪਲੀ ਜਾਵਾਂਗੇ ਔਰ ਇੰਨੀ ਤਫਤੀਸ਼ ਡੂੰਘਾਈ 'ਚ ਕਰਾਂਗੇ ਵੀ ਲੋਕ ਵੀ ਸੋਚਣਗੇ ਵੀ ਇਹ ਕਿੱਥੇ ਪਹੁੰਚ ਗਈ ਪੁਲਿਸ। ਜੇ ਇਸ ਕੇਸ ਦੇ ਵਿੱਚ ਮੌਜੂਦਾ MLA ਗਿਲਟੀ ਪਾਏਗੇ, ਪੁਲਿਸ ਕਿੰਨੀ ਦੇਰ 'ਚ ਉਹਨਾਂ 'ਤੇ ਪਰਚਾ ਦਰਜ ਕਰ ਦੇਗੀ? ਪੁਲਿਸ ਤਾਂ ਮੇਰੇ ਖਿਆਲ ਤੱਕ ਜਦੋਂ ਕੋਈ ਬਿਆਨ ਲਿਖਾਉਂਦੀ ਆ, ਮੇਰਾ ਖਿਆਲ ਅਸੀਂ ਤਾਂ ਵੱਡੇ ਤੋਂ ਵੱਡੇ ਵੀ ਨਹੀਂ ਸਪੇਅਰ ਕਰਦੇ, ਅਤੇ ਮੇਰੇ ਖਿਆਲ ਤਾਂ ਛੋਟੇ ਤੋਂ ਛੋਟੇ ਨੂੰ ਕਾਨੂੰਨ ਸਭ ਲਈ ਬਰਾਬਰ ਆ। ਫੈਂਸ ਦੇ ਵਿੱਚ ਕਿਤੇ ਨਹੀਂ ਲਿਖਿਆ ਵੀ ਕੌਣ ਕਿਸ ਰੈਂਕ 'ਤੇ ਆ, ਫੈਂਸ ਦੇ ਵਿੱਚ ਜਿਹੜਾ ਹੈਗਾ ਇਹ ਨਹੀਂ ਵਰਣਨ ਕੀਤਾ ਗਿਆ।
ਹੁਣ ਸਰ ਜਿਹੜਾ ਤਿੰਨਾਂ ਬੰਦਿਆਂ ਨੇ ਪਰਚਾ ਆਇਆ ਉਹ ਕਿਹੜੇ ਕਿਸ ਤਫਦੀਸ਼ ਦੇ ਆਧਾਰ ਤੇ ਕੀਤਾ ਗਿਆ ਉਹ ਅਸੀਂ ਸਿਰਫ ਸਟੇਟਮੈਂਟ ਲਿਖੀ ਆ ਸਟੇਟਮੈਂਟ ਦੇ ਬੇਸ ਤੇ ਹੀ ਪਰਚਾ ਦਰਜ ਕੀਤਾ ਗਿਆ ਆ ਅਤੇ ਅਸੀਂ ਇਸ ਕਰਕੇ ਉਹਨਾਂ ਦੇ ਖਿਲਾਫ ਜਿਹੜਾ ਹੁਣ ਅਸੀਂ ਜਿਹੜੀ ਦੇਖੋ ਇਨਵੈਸਟੀਗੇਸ਼ਨ 'ਚ ਇਕੱਲਾ ਇਹ ਨਹੀਂ ਹੋ ਗਿਆ ਕਿਸੇ ਖਿਲਾਫ ਐਫ ਆਈ ਆਰ ਹੋਈ ਇਨਵੈਸਟੀਗੇਸ਼ਨ 'ਤੇ ਉਹ ਵੀ ਸਾਬਤ ਕਰਨਾ ਪਏਗਾ ਸਫਾ ਮਿਸਲ ਦੇ ਸਾਨੂੰ ਪਰੂਫ ਲਿਆਉਣੇ ਪੈਣਗੇ ਇਸ ਕਰਕੇ ਪਰੂਫ ਲਿਆ ਕੇ ਹੀ ਅਗਲੀ ਕਾਰਵਾਈ ਸੀ ਹੁਣ ਬਸ किसी तरह की कोई और प्रॉब्लम ना हो तो जिन्ना टाइम दिखी जाएगा उन्ना ही खतरा उन्होंने डर लगता है सर हूँ पेशेंट खतरे तो बाहर कि नहीं अजय नहीं कह सकते चौबी घंटे और 48 घंटे बीत जाने को सर इन्हें दवाई कड़ी पीती पता लगा कुछ शीशी हैगी है साढ़े ने वो घर के ना लिया इसी उसके हिसाब से ट्रीटमेंट शुरू करता है की नाम अपना जी केड़े पिंड तो भाई ਭਾਜੀ ਕੀ ਹੋਇਆ ਤੁਹਾਡੇ ਫਾਦਰ ਸਾਹਮਣਾ ਲਾਈਵ ਵੀਡੀਓ ਦੇਖੀ ਰਹੇ ਹੋਣੇ ਸਾਰੇ ਕਿ ਫੇਸਬੁੱਕ ਤੇ ਲਾਈਵ ਹੋਏ ਆ ਤੇ ਕਿਸੇ ਕੋਲੋਂ ਫਰਸਟ੍ਰੇਟ ਹੋਏ ਆ ਜਿਹੜਾ ਕਿ ਇਹ ਸਟੈਪ ਉਹਨਾਂ ਨੇ ਚੱਕਿਆ ਉਹਨਾਂ ਨੂੰ ਲਾਈਵ ਵੀਡੀਓ ਸਾਰੇ ਪਾਸੇ ਚੱਲ ਰਹੀ ਆ ਤੁਸੀਂ ਦੇਖੀ ਹੋਏ ਤੁਸੀਂ ਉਹਦੇ ਚੱਕਰ ਵਿੱਚ ਕਿ ਇੱਕ ਬੰਦਾ ਕਿੰਨਾ ਕੁ ਜ਼ਿਆਦਾ ਤੁਸੀਂ ਕੀਤਾ ਹੋਣਾ ਜਿਹਨੂੰ ਕਿ ਜਿਹਨੇ ਆਪਣੇ ਲਾਈਵ ਆਪਣੀ ਸੁਸਾਈਡ ਕਰਨ ਦੀ ਜਿਹਨੇ ਟਰਾਈ ਜਿਹਨੇ ਬਾਕੀ ਹੁਣ ਰੱਬ ਦੇ ਅਰਦਾਸ ਕਰਦੇ ਜਲਦੀ ਭਾਈ ਤੁਹਾਡੇ ਪਾਪਾ ਨੂੰ ਤੁਸੀਂ ਕਿਹੜੇ ਹਸਪੀਟਲ ਲੈ ਕੇ ਆਪਣੇ ਪਾਪਾ ਨੂੰ ਤੇ ਡਾਕਟਰਾਂ ਨੇ ਕੀ ਕਿਹਾ ਤੁਸੀਂ ਡਾਕਟਰ ਨਾਲ ਗੱਲਬਾਤ ਕੀਤੀ ਤਾਂ ਡਾਕਟਰ ਕਹਿ ਰਹੇ ਆ ਕਿ 24 ਤੋਂ 48 ਘੰਟੇ ਵੇਟ ਕਰੋ ਵੇਟ ਕਰੋ ਉਸ ਤੋਂ ਬਾਅਦ ਜਿੱਦਾਂ ਕਿਤੇ ਟਾਈਮ ਨਿਕਲੂਗਾ ਅਸੀਂ ਤਾਂ ਕਾਲ ਕਰਾਂਗੇ ਸਰ ਇੱਥੇ ਕੋਈ ਅਧਿਕਾਰੀ ਪਹੁੰਚੇ ਪੁਲਿਸ ਮੁਲਾਜ਼ਮ ਜਾਂ ਕੋਈ ਇਧਰ ਪਹੁੰਚੇ ਤੁਹਾਡੀ ਗੱਲਬਾਤ ਸੁਣਨ ਲਈ ਪੁੱਛਣ ਲਈ ਆਈ ਜਾ ਰਹੇ ਸਰ ਮੋਸਟਲੀ ਆਈ ਜਾ ਰਹੇ ਬਟ ਆਪਾਂ ਫਸਟ ਪ੍ਰੈਫਰੈਂਸ ਮੇਰੇ ਫਾਦਰ ਆ ਪਹਿਲਾਂ ਠੀਕ ਹੋਣ ਉਸ ਤੋਂ ਬਾਅਦ ਆਪਾਂ ਜੋ ਵੀ ਆਪਾਂ ਨੈਕਸਟ ਅੱਗੇ ਫਸਟ ਇੱਕ ਭਾਜੀ ਵਿੱਚ ਅਸਲ ਮਾਮਲੇ ਦੀ ਵਜ੍ਹਾ ਕੀ ਰਹੀ ਹੈ ਸਰ ਕੀ ਵਜ੍ਹਾ ਰਹੀ ਹੈ ਮੇਨ ਜੋ ਵੀਡੀਓ ਦੇਖੀ ਹੈ ਜੀ ਤੁਸੀਂ ਵੀਡੀਓ ਦੇ ਵਿੱਚ ਦੱਸ ਰਹੇ ਆ ਕਿ ਗਊਸ਼ਾਲਾ ਢਵਾਉਂਦੇ ਜਾਂ ਹੋਰ ਮੰਦਰ ਆਪਣੇ ਢਵਾਉਂਦੇ ਜੋ ਪ੍ਰੋਟੈਸਟ ਕਰੇ ਜਿਹੜਾ ਕਿ ਬੰਦਾ ਧਰਮਾਂ ਦੇ ਚੱਕਰਾਂ ਦੇ ਵਿੱਚ ਜੋ ਇਹ ਕਰਦੇ ਆ ਉਹਨਾਂ ਦੇ ਆਪਾਂ ਜੀ ਆਪਣੇ ਧਰਮ ਦੇ ਖਿਲਾਫ ਆਪਾਂ ਨਹੀਂ ਆਪਾਂ ਸੁਣ ਸਕਦੇ ਜੀ ਇਹ ਬਿਲਡਿੰਗ ਬਾਰ ਕਾਰਵਾਈਆਂ ਕਰਵਾ ਰਹੇ ਆ ਕਦੀ ਕੋਈ ਭੇਜ ਦਿੰਦੇ ਆਪਣਾ ਪੋਲੀਟੀਕਲ ਸਟੈਸ ਆਪਣਾ ਪਵਾ ਰਹੇ ਆ ਇੱਕ ਭਾਜੀ ਪੁਸ਼ਪ ਬਾਲੀ ਜੋ CA ਦੇ ਅਧਿਕਾਰੀ ਆ ਉਹਨਾਂ ਨੇ ਉਹਨਾਂ ਵੱਲੋਂ ਵੀ ਕਹਿੰਦੇ ਥ੍ਰੈਡ ਕੀਤਾ ਗਿਆ ਕਿ ਜੋ ਉਹਨਾਂ ਨੇ ਵੀਡੀਓ ਵਿੱਚ ਵੀ ਕਿਹਾ ਕਿ ਉਹ ਕਾਫੀ ਕਿੰਨੇ ਸਮੇਂ ਤੋਂ ਉਹਨਾਂ ਨੂੰ ਥ੍ਰੈਡ ਕੀਤਾ ਜਾਂਦਾ ਸੀ ਉਹਨਾਂ ਵੱਲੋਂ ਕਾਫੀ ਟਾਈਮ ਤੋਂ ਭਾਜੀ ਪਤਾ ਲੰਬੜੇ ਵੀ ਸੀਗੇ ਕਈ ਵਾਰੀ ਬੈਨ ਹਾਜ਼ਰ ਹੋਏ ਕਈ ਵਾਰੀ ਸਸਪੈਂਡ ਹੋਏ ਲਾਸਟ ਟਾਈਮ ਲਾਕਡਾਊਨ ਦੇ ਵਿੱਚ DGP ਪੰਜਾਬ ਜੀ ਸਾਹਿਬ ਵੱਲੋਂ ਉਹਨਾਂ ਦੇ ਵੱਲੋਂ ਇਹਨਾਂ ਨੂੰ ਸਸਪੈਂਡ ਕੀਤਾ ਗਿਆ ਬਟ ਇਹ ਪੋਲੀਟੀਕਲ ਪ੍ਰੈਸ਼ਰ ਦੇ ਕਰਕੇ ਜਾਂ ਪੋਲੀਟੀਕਲ ਸਪੋਰਟ ਦੇ ਕਰਕੇ ਇਹਨੂੰ ਤਾਂ ਕਹਿ ਸਕਦੇ ਦੁਬਾਰਾ ਆਏ ਆ ਉਹ ਕਈ ਵਾਰੀ ਸਸਪੈਂਡ ਹੋਏ ਭਾਈ ਇਹਦੇ ਵਿੱਚ ਪੋਲੀਟੀਕਲ ਵਿਅਕਤੀਆਂ ਦਾ ਵੀ ਹੱਥ ਕਿਤੇ
भाजी जे अगे भी उन्होंने कह रहे हो पुशप बाली जो है पहले पुलिस अधिकारी लांबड़ा बतौर एस एच ओ रहे हैं और उस एस एम सी ए है पर उन्होंने जो पंजाब के डी जे पी साहब आ और उच्च अधिकारियों तक क्यों नहीं इन्नी गल पहुँचती कि वो लोगों ने इदा थ्रेट कर रहे हरासमेंट कर रहे क्यों इदा उन्होंने कार्रवाई क्यों नहीं हो रही ये चीज़ हम लोगों को पता होगा क्योंकि हम मैटर अपने आप क्योंकि ना हरेक भाजी बंद दबाया जाता है ठीक है तो आप दबन वाले तो है नहीं गए कि आप बंदे हैं कि अपने धर्म की अपने बंद स्टैंड ठीक है जितने तक सू लोड़ पड़ेगी उपर जावे अभी हाई कमान तक उपर तक जो भी होगा हाँ सर अज एक वीडियो वायरल हो रही है एक व्यक्ति वालों लाइव हो गए सुसाइड करने की कोशिश की गई और बारे दस दो सर धरवीर धम्मा बख्शी सानो रतनदास वासी लांबड़ा जोको पाइजन के नाल सतनाम हॉस्पिटल लांबड़ा विखे एडमिट आ जिस बारे सब इंस्पैक्टर रीजनल एस एच ओ इकबाल सिंह भेजे गया जो डॉक्टर साहब ने उन्होंने अजे बयान देने के सर दसा जा रहा है कि उन्हें लाइव क्या कि पोलिटिकल बंद हाथ की कहना ये बारे मैं नहीं वो वीडियो नहीं देखी सर पुलिस मुलाजमान के भी नाम ले गए और बे वीडियो ये पता हो सर तुम हॉस्पिटल जाके उन्होंने पूछा कि डॉक्टर ने की क्या उन्होंने बारे डॉक्टर ने अनफिट दस ठीक है सर।